ਚੈਨਲ ਕੈਪ ਕੀਤਾ ਸਬਸਕ੍ਰਾਈਬ ਕਰੋ, ਬੈਲ ਦਾ ਬਟਨ ਨਾਲ ਵੀ ਪ੍ਰੈਸ ਕਰੋ ਤਾਂ ਸਾਡੀ ਆਉਣ ਵਾਲੀ ਹਰ ਵੀਡੀਓ ਟਾਈਮ ਤੱਕ ਤਾਂ ਪਹੁੰਚ ਸਕੇ। ਅੱਛਾ ਜੀ, ਮਾਸ਼ਾਅੱਲਾ ਬੱਚੇ ਸਕੂਲ ਆ ਗਏ ਪੜ੍ਹ ਕੇ, ਕੁਛ ਬੱਚਿਆਂ ਨੇ ਦੁਪਹਿਰ ਦਾ ਖਾਣਾ ਖਾ ਲਿਆ ਵਾ ਅਤੇ ਕੱਪੜੇ ਉੱਪਰ ਚੇਂਜ ਕਰ ਲਿਆ ਅਤੇ ਹੁਣ ਆਪਣੀ ਟਿਊਸ਼ਨ ਦੀ ਤਿਆਰੀ ਕਰਕੇ ਹਟੇ ਆ ਜੀ। ਟਿਊਸ਼ਨ ਜਾਣਾ ਇਹਨਾਂ ਨੇ, ਹੁਣ ਟਿਊਸ਼ਨ ਦਾ ਪੜ੍ਹ ਕੇ ਨਾਲ ਹੀ ਮਸਜਿਦ ਦਾ ਪੜ੍ਹ ਕੇ ਆਉਣਗੇ। ਸ਼ਰੋਧਰੇ ਉਹ ਸ਼ਿਵੀ ਨੇ ਮਸਜਿਦ 'ਚ ਜਾਣਾ ਮਸਜਿਦ ਦਾ ਪੜ੍ਹਨ, ਉਹ ਟਿਊਸ਼ਨ ਪੜ੍ਹ ਕੇ ਆ ਜਾਣਗੇ ਅਤੇ ਇਹ ਦੋਨੋਂ ਭਰਾ ਆਪਣਾ ਮਸਜਿਦ ਜਾਣਗੇ ਟਿਊਸ਼ਨ ਪੜ੍ਹਨ। ਬੱਚੇ ਉੱਤੇ ਲੈ ਕੇ ਆਏ ਜੀ ਮਾਲਟੇ, ਮਾਲਟੇ ਲੈ ਕੇ ਆਏ ਸਕੂਲੋਂ ਆਉਂਦੇ, ਕਿਉਂਕਿ ਸਕੂਲ ਲੱਗੇ ਹੋਏ ਆ ਅਤੇ ਲੈ ਕੇ ਆਏ ਆਉਂਦੇ ਬੱਚੇ। ਚੋਰੀ ਕਰਨਾ ਹੁੰਦਾ ਅਲਮ ਮਾਰਤਾ ਅਤੇ ਮੈਂ ਹੁਣ ਕਿਉਂਕਿ ਬੱਚੇ ਨਾ ਖਾਣਾ ਖਾ ਕੇ ਹਟੀ ਹਟ ਸਕੀਆਂ ਅਤੇ ਹਜੇ ਤਾਂ ਮਾਲਟ ਲੱਗਣ ਦੇ ਕੋਈ, ਕਿਉਂਕਿ ਜੀ ਕੋਈ ਮੌਸਮ ਨਹੀਂ ਹਜੇ ਮਾਲਟਿਆਂ ਦਾ, ਮਿੱਠੇ ਆ ਚਲੋ ਉੱਥੇ ਮੈਂ ਖਾ ਕੇ ਦੇਖਦੀ ਨਾ ਮਿੱਠੇ ਜੋ ਖੱਟੇ ਆ ਤੁਹਾਡੇ ਵਾਸਤੇ, ਮਿੱਠੇ ਆ ਮੈਂ ਖਾ ਕੇ ਦੇਖਦੀ ਅਤੇ ਇਸ ਵਾਸਤੇ ਕਿਉਂਕਿ ਬੱਚੇ ਲੈ ਕੇ ਆਏ ਆ ਅਤੇ ਕਿਉਂਕਿ ਹਜੇ ਨਾ ਮਾਲਟ 'ਚ ਰਸ ਪਿਆ ਤਾਂ ਹੈਗਾ ਵਾ ਮਤਲਬ ਖੱਟੇ ਖੱਟੇ ਆ ਮਾਲਟ ਖੱਟੇ, ਇਸ ਵਾਸਤੇ ਖੱਟੇ ਖੱਟੇ ਸ਼ਾਇਦ ਖਾਣੀ ਚਾਹੀਦੀ ਜ਼ਿੰਦਗੀ ਵਿੱਚ, ਖਟਿਆਈ ਵੀ ਹੋਣੀ ਬਹੁਤ ਜ਼ਰੂਰੀ। ਇਸ ਵਾਰ ਮੈਂ ਕਿਹਾ ਚਲੋ ਮੈਂ ਵੀ ਇੱਕ ਅੱਧਾ ਖਾ ਲਵਾਂ, ਨਾਲੇ ਬੱਚਿਆਂ ਨੇ ਕਹਿੰਦੇ ਮਾਮਾ ਛਿੜ ਕੇ ਦੇ ਦਿਓ ਸਾਨੂੰ ਵੀ, ਅਸੀਂ ਅਸੀਂ ਟਿਊਸ਼ਨ ਜਾਣਾ ਵਾ ਅਤੇ ਅਸੀਂ ਮਾਟਾ ਮਾਟਾ ਸੁੱਟ ਕੇ ਦੇਵੋ ਸਾਨੂੰ ਜਾਣਾ। ਮਾਮਾ ਟੀਚਰਾਂ ਕਹਿੰਦੀ ਆ ਜਿਹੜੇ ਲੇਟ ਜਾਂਦੇ ਨਾ ਉਹ ਜਿਹੜੇ ਲੇਟ ਵੀ ਜਲਦੀ ਵੀ ਜਾਂਦੇ ਉਹ ਵੀ ਤੋੜ ਕੇ ਲੈ ਜੇ, ਮਾਮਾ ਫਲ ਲੱਗਦਾ ਇੰਨਾ ਉੱਥੇ ਟੀਚਰਾਂ ਵੀ ਦੋਵੇਂ ਤੋੜ ਕੇ ਲੈ ਆ ਲੈ ਲੈ ਮੂਲ ਵੀ ਲੱਗੇ ਆ, ਫਲ ਸਭ ਲੱਗਾ ਮੂਲ ਵੀ ਲੱਗੇ ਆ। ਹਾਂਜੀ ਰਸ ਵੈਸੇ ਹੈਗਾ ਹਜੇ ਮਾਰ ਕੇ ਨਮਕ ਲਿਆਂਦਾ ਮੈਂ ਕੋਲ, ਨਮਕ ਲਾ ਕੇ ਖਾਵਾਂ ਅੰਬੀ ਨੇ ਕੱਟੀ ਹੁੰਦੀ ਖੱਟੀ ਮਾਰਟ ਇਸ ਮੌਸਮ ਤੇ ਖਾਣੇ ਪਿਆਜ ਜੀ ਬਿਸਮਿਲ੍ਲਾ ਬਣਾ ਲਾ ਤੇ ਜੀ ਅੰਬੀ ਹੁਣ ਕਾਲਾ ਸੀਗੇ ਤੇ ਛੋਲੇ ਪਾਪਾ ਹੁਣ ਮੈਂ ਕਿਹਾ ਦੋ ਤਿੰਨ ਮਿੰਟ ਦੀ ਨਾ ਲਿਪ ਭਰਾ ਕਲਾਓ ਮੈਨੂੰ ਵੀ ਅਤੇ ਮੈਂ ਵੀ ਆਪਣੇ ਭੈਣ ਭਰਾ ਸ਼ੇਅਰ ਕਰਾਂ, ਕਹਿੰਦੇ ਚਲੋ ਠੀਕ ਆ ਮੈਂ ਕਲਾਉਂਦਾ ਵਾਂ ਅਤੇ ਤੂੰ ਤੁਸੀਂ ਤੁਸੀਂ ਹੋਤਾ ਹੁੰਦੇ ਕਿਉਂਕਿ ਮੈਂ ਨਹੀਂ ਖਾਣੀ ਤੋਂ ਖੱਟੇ ਮੇਰਾ ਗਲਾ ਖਰਾਬ ਹੋ ਜਾਣਾ ਅਤੇ ਇਸ ਵਾਸਤੇ ਨਾ ਪਿਛਲੇ ਬਾਬਾ ਹੁਣ ਕੀਤਾ ਸਕੂਲ ਅਤੇ ਕਹਿੰਦੇ ਚਲੋ ਠੀਕ ਆ ਮੈਂ ਨਾ ਕਲਾਉਂਦਾ ਤੁਹਾਨੂੰ, ਮੈਂ ਕਿਹਾ ਦੋ ਤਿੰਨ ਮਿੰਟ ਤੱਕ ਲਿਪ ਨਾ ਬਣਾ ਕੇ ਕਲਾ ਦਿਓ ਅਤੇ ਚਲੋ ਠੀਕ ਆ। ਬੱਚੇ ਹੁਣ ਟਿਊਸ਼ਨ ਵਾਸਤੇ ਤਿਆਰ ਹੋ ਗਏ ਸਾਰੇ, ਤਿਆਰ ਆ ਨਾ? ਹਾਂਜੀ ਬੱਚਾ ਸਾਰੇ ਤਿਆਰ ਆ ਅਤੇ ਸ਼ਰੋਧ ਨੂੰ ਮੈਂ ਕਿਹਾ ਵਾ ਮੈਂ ਉਹਦਾ ਨਾਲ ਲੈ ਕੇ ਜਾਣਾ ਵਾ ਅਤੇ ਨਾਲ ਹੀ ਵਾਪਸ ਲੈ ਕੇ ਆਉਣਾ ਭੈਣਾਂ ਨੂੰ ਕਹਿੰਦਾ ਠੀਕ ਆ ਹੁਣ ਵੈਸੇ ਇਹ ਆ ਇਕੱਲੀ ਜਾਣੀ ਮੈਂ ਬੋਰ ਹੋਈ ਪਈ ਹਾਂ ਕਿਉਂਕਿ ਬੱਚੇ ਸਕੂਲ ਚਲ ਜਾਂਦੇ ਆ, ਸਕੂਲੋਂ ਆਉਂਦੇ ਆ, ਖਾਣਾ ਖਾਂਦੇ ਟਿਊਸ਼ਨ ਚਲ ਜਾਂਦੇ ਆ
ਅੱਗੇ ਸੌ ਦੇ ਬਾਬਾ ਹੁੰਦੇ ਸੀ ਘਰ, ਬਾਬਾ ਰੋਣ ਰੋਣ ਕੇ ਦਿਹਾੜੀ ਲੰਘ ਜਾਂਦੀ ਸੀ, ਕਦੀ ਚਾਹ ਬਣਾ ਦੇ, ਕਦੀ ਰੋਟੀ ਦੇ ਦੇ, ਕਦੀ ਪਾਣੀ ਠੰਡਾ ਕਰਕੇ ਦੇ ਦੇ, ਕਦੀ ਆਹ ਕਰਦੇ ਕਦੀ ਆਹ ਕਰਦੇ, ਦਿਹਾੜੀ ਤਾਂ ਗੁਜ਼ਰ ਜਾਂਦੀ ਸੀ। ਤੇ ਬੱਚੇ ਚਲ ਜਾਂਦੇ ਆ, ਕੰਮ ਕਰਦੀ ਹੈ ਕਰਕੇ ਤਾਣਾ ਪੈ ਜਾਂਦੀ ਲੰਮੀ, ਕਿਸੇ ਪਾਸੇ ਜਾਣ ਨੂੰ ਉਹ ਦਿਲ ਨਹੀਂ ਕਰਦਾ ਹੈਗਾ, ਕਿਉਂਕਿ ਬੰਦਾ ਆਪਣਾ ਘਰ ਬਿਹਤਰ ਆ, ਘਰ ਠੀਕ ਆ, ਕਿਸੇ ਵੱਲ ਜਾਣ ਦਾ ਅੱਜ ਕੱਲ੍ਹ ਜ਼ਮਾਨਾ ਹੈ ਨਹੀਂ ਹੈਗਾ। ਸਹੀ ਹੈ ਪੁੱਤ, ਹੱਸਦੀ ਹਾਂ ਕਿਉਂਕਿ ਦੌਰ ਬਹੁਤ ਚੇਂਜ ਹੋ ਚੁੱਕਿਆ। ਲਓ ਜਨਾਬ ਤੁਹਾਡਾ ਮਾਲਕ ਦਿਲ ਛੱਡ ਕੇ ਦਵਾਂ। ਜਦੋਂ ਪੱਕਣਗੇ ਨਾ ਫਿਰ ਖਾਇਓ, ਠੀਕ ਹੈ ਨਾ? ਚਲੋ ਉੱਠੋ, ਚਲੋ ਮੈਂ ਤੁਹਾਨੂੰ ਮਾਰ ਕੇ, ਚਲੋ ਬੈਂਕ ਚੁੱਕੋ ਆਪਣੇ। ਅਸਲਾਮ ਅਲੈਕੁਮ ਰਹਿਮਤੁਲਲਾਹਿ ਵਬਰਕਾਤੁਹ, ਤੁਸੀਂ ਸਾਰੇ ਸਲਾਮ ਕਹਿ ਦਿਓ। ਅਸਲਾਮ ਭਾਈ ਸ਼ਾਹਿਬ ਬੈਠਾ, ਤਬਸਮ, ਹਿਨਾਨ ਔਰ ਭਾਈ ਅਬਾਸ। ਅੰਮੀ ਅੱਬੂ ਹੋ ਗਿਆ, ਚਲੇ ਖਾਣਾ ਖਵਾ ਕੇ ਹੋਣਗੇ, ਚਾਹ ਲੈਣ। ਹਾਂਜੀ, ਅਸੀਂ ਚਾਹ ਲੈਣ ਗਿਆ ਤੇ ਅਸੀਂ ਆਪਦਾ ਮਾਸ਼ਾਅੱਲਾ ਕੰਮ ਇਨਸ਼ਾਅੱਲਾ ਛੋਟਾ ਜਿਹਾ ਅਸੀਂ ਬਣਾ ਕੇ ਭੇਜ ਰਹੇ ਹਾਂ ਉਜ਼ਮਾ ਨੂੰ, ਉਜ਼ਮਾ ਵਾਸਤੇ। ਨਾਲੇ ਕਿਹੜੀ ਮੈਂ ਆਪਣੀ ਅੰਮਾ ਦੇ ਅੰਮੀ ਦੇ ਘਰ ਦਾ ਵਿਜ਼ਿਟ ਕਰਨਾ ਵਾ, ਵਿਜ਼ਿਟ ਕਰਨਾ ਮੈਂ ਬਹਿਣ ਭਾਈ ਨੂੰ ਵਿਜ਼ਿਟ ਕਰਾਵਾਂਗੇ, ਵਿਜ਼ਿਟ ਕਰਾ ਦੂਗੀ। ਹਾਂਜੀ ਹਾਂਜੀ, ਤਾਂ ਇਨਸ਼ਾਅੱਲਾ ਸ਼ੇਅਰ ਕਰਦੇ ਹਾਂ ਮੁਕਮਲ ਵੀਡੀਓ ਜਿਹੜੀ ਹੈ। ਹਾਂਜੀ, ਜਿਸ ਤਰ੍ਹਾਂ ਕਿ ਸਾਡੀ ਘਰ ਦੀ ਇਹ ਲੋਕੇਸ਼ਨ ਆ। ਹਾਂਜੀ ਠੀਕ ਹੈ, ਇਹ ਉਜ਼ਮਾ ਦੀ ਵੀਡੀਓ ਦੇ ਵਿੱਚ ਪੈਣ। ਹਾਂਜੀ, ਇਹ ਆਪ ਉਜ਼ਮਾ ਦੇ ਚੈਨਲ ਵਿੱਚ ਇਹ ਵੀਡੀਓ ਜਾਣੀ ਹੈ, ਠੀਕ ਹੈ। ਔਰ ਇਨਸ਼ਾਅੱਲਾ ਬਾਕੀ ਵੀ ਸਾਈਡ ਤੋਂ ਰੋਡ ਦੇ ਨਾਲ ਹੀ ਸਾਡਾ ਘਰ ਹੈ, ਤਕਰੀਬਨ ਦੋ ਪਲਾਟ ਛੋੜ ਕੇ ਤਕਰੀਬਨ। ਔਰ ਇਹ ਵਾਲਾ ਸਾਡਾ ਘਰ ਬਣ ਰਿਹਾ ਵਾ, ਠੀਕ ਹੈ, ਜਿਹਦੇ ਵਿੱਚ ਪਿੱਛੇ ਯਾਨੀ ਕਿ ਚਾਰ ਕਮਰੇ ਆ, ਇੱਕ ਦੋ ਕਮਰੇ ਆ ਵਾ ਔਰ ਦੋ ਕਮਰੇ ਕਰੇ ਆ, ਠੀਕ ਹੈ। ਫਿਲਹਾਲ ਅਸੀਂ ਸਿਰਫ ਐਰੇ ਭਰਨੇ ਆ, ਯਾਨੀ ਕਿ ਨੀਆਂ ਜਿਹੜੀਆਂ ਹੁੰਦੀਆਂ ਐਰੇ ਭਰ ਕੇ, ਉਸ ਤੋਂ ਬਾਅਦ ਫਿਰ ਸਿਰਫ ਆਪਣਾ ਇੱਕ ਸਿਰ ਕੋ ਬਣਾ ਕੇ ਇਹਦੇ ਵਿੱਚ ਆਉਣ ਵਾਲੀ ਗੱਲ ਕਰਨੀ ਹੈ, ਠੀਕ ਹੈ। ਔਰ ਅਲਹਮਦੁਲਿਲਾ ਪਾਣੀ ਦਾ ਇੰਤਜ਼ਾਮ ਵੀ ਸਾਰਾ ਹੋ ਗਿਆ ਵਾ। ਔਰ ਆਪੀ ਨੇ ਵੀ ਦੱਸਣਾ ਵਾ ਕਿ ਘਰ ਕਿਸ ਤਰ੍ਹਾਂ ਬਣ ਰਿਹਾ ਵਾ, ਠੀਕ ਹੈ। ਮੇਰੀ ਭੈਣ ਨੇ ਦੁਆ ਵੀ ਕਰਨੀ ਹੈ ਕਿ ਅੱਲਾਹ ਪਾਕ ਜਲਦ ਤੋਂ ਜਲਦ ਸਿਰ ਦੀ ਛੱਤ ਬਣਾ ਦੇ ਤਾਂ ਕਿ ਫੈਮਿਲੀ 'ਚ ਲੈ ਆਈਏ, ਠੀਕ ਹੈ। ਔਰ ਇੱਧਰ ਵੀ ਇਸ ਸਾਈਡ 'ਤੇ ਪੂਰਾ ਗੋਡੇ ਗੋਡੇ ਪਾਣੀ ਖੜ੍ਹਾ ਹੈ, ਇਸ ਸਾਈਡ 'ਤੇ, ਇੱਧਰ ਵੀ, ਉਸ ਸਾਈਡ 'ਤੇ ਵੀ ਔਰ ਉਸ ਸਾਈਡ 'ਤੇ ਵੀ, ਠੀਕ ਹੈ। ਐਸੇ ਕਰਕੇ ਇਤਨਾ ਉੱਚਾ ਇਹਨੂੰ ਭੰਨਾ ਪੈਣ ਦਿਆ, ਕਿਉਂਕਿ ਇਸ ਟਾਈਮ ਇਹ ਰੋਡ ਤੋਂ ਇਤਨਾ ਉੱਚਾ ਵਾ, ਇੱਥੋਂ ਤੁਸੀਂ ਖੁਦ ਦੇਖ ਸਕਦੇ ਹੋ। ਇਹ ਵੇਖੋ, ਉਹ ਸਾਹਮਣੇ ਰੋਡ ਖੜ੍ਹਾ ਵਾ, ਠੀਕ ਹੈ। ਔਰ ਇਹ ਐਰਾ ਵਾ, ਇਤਨਾ ਯਾਨੀ ਕਿ ਇਹ ਡੂੰਘਾ ਵਾ, ਠੀਕ ਹੈ। ਔਰ ਮਸ਼ਲਾ ਇੱਟਾਂ ਵੀ ਸਾਡੀਆਂ ਆ ਚੁੱਕੀਆਂ ਵਾ, ਇੱਕ ਦੋ ਤਿੰਨ ਚਾਰ ਟਾਲੀਆਂ ਸਾਡੀਆਂ ਮਸ਼ਲਾ ਇੱਟਾਂ ਦੀਆਂ ਵੀ ਆ ਚੁੱਕੀਆਂ ਵਾਲੀਆਂ, ਠੀਕ ਹੈ। ਔਰ ਨਾਲ ਅਸੀਂ ਕੰਮ ਕਰ ਰਹੇ ਹਾਂ। ਔਰ ਪਰੇ ਉਹ ਝੋਨਾ ਲੱਗਿਆ ਹੈ ਉਸ ਸਾਈਡ 'ਤੇ, ਔਰ ਘਰ ਦਾ ਨਕਸ਼ਾ ਜਿਹਾ ਬਣਵਾਇਆ ਸੀ, ਉਹ ਮੇਰੀ ਭੈਣ ਵੀ ਜਾ ਕੇ ਦੇਖ ਸਕਦੇ ਆ ਮੇਰੀ ਵਾਲੀ ਵੀਡੀਓ 'ਚ ਕਿ ਘਰ ਦਾ ਨਕਸ਼ਾ ਅਸੀਂ ਕਿਸ ਤਰ੍ਹਾਂ ਬਣਵਾਇਆ ਵਾ, ਠੀਕ ਹੈ। ਸਭ ਭੈਣ ਭਾਈਆਂ ਨੇ ਰਿਕੁਐਸਟ ਕੀਤੀ ਸੀ ਕਿ ਅਰਸਾਨ ਬਾਈ
ਕਾਰ ਕਾਰ ਨੂੰ ਨਕਸ਼ਾ ਬਣਾਈਓ ਐਸੇ ਕਾਰ ਐਵੇਂ ਕਾਰ ਨਾਲ ਬਣਾਉਂਦਾ ਜੀ ਚੱਕ ਕੇ ਉਹ ਵੀ ਮੈਂ ਬੈਨ ਬੈਨ ਸ਼ੇਅਰ ਕੀਤਾ ਉਹਦਾ ਠੀਕ ਹੈ ਸਿੱਧੇ ਕਰਕੇ ਰੱਖ ਕੇ ਹਟੀ ਆ ਤੇ ਬਾਈ ਅਰਸਲਾਨ ਨੇ ਵੀਡੀਓ ਖਲਾਤੀ ਆ ਅਤੇ ਮੇਰੇ ਭੈਣ ਬਈ ਦੁਆ ਕਰੀਓ ਅੱਲਾ ਉਹਨਾਂ ਨੂੰ ਕਾਮਯਾਬ ਕਰੇ ਅਤੇ ਅੱਲਾ ਜਲਦੀ ਜਲਦੀ ਸਿਰ ਦੀ ਛੱਤ ਬਣਾ ਦੇਵੇ ਚਲੋ ਆਪਣਾ ਬਹਿਣ ਜੋਗੇ ਹੋ ਜਾਣ ਅਤੇ ਬਾਹਰਲਾ ਬੂਹਾ ਲਾ ਕੇ ਆਈ ਹਾਂ ਕਿਉਂਕਿ ਮੈਂ ਕਿਹਾ ਬਾਹਰਲਾ ਬੂਹਾ ਲਾਇਆ ਹੀ ਆ ਬੱਚਾ ਟਿਊਸ਼ਨ ਚਲ ਗਏ ਆ ਅਤੇ ਮੈਂ ਹੁਣ ਜੀ ਲੱਗੀ ਹਾਂ ਦਾਲਚੀਨੀ ਪਾ ਕੇ ਅਦਰਕ ਪਾ ਕੇ ਔਰ ਪੁਦੀਨਾ ਉਹ ਉੱਥੋਂ ਬਾਹਰੋਂ ਲਿਆਵਾਂਗੀ ਤੋੜ ਕੇ ਕਾਹਵਾ ਬਣਾ ਕੇ ਲੱਗੀ ਪੀਣ ਕਿਉਂਕਿ ਚਾਹ ਤਾਂ ਮੈਂ ਆਪਣੀ ਬੰਦ ਕੀਤੀ ਹੋਈ ਆ ਮੈਂ ਕਾਹਵਾ ਲੱਗੀ ਹਾਂ ਬਣਾ ਕੇ ਪੀਣ ਅਤੇ ਵੀਡੀਓ ਅੰਤ ਕਰਦੀ ਹਾਂ ਸਾਡੀ ਅੱਜ ਦੀ ਵੀਡੀਓ ਅਗਰ ਮੈਂ ਬਹਿਮੀ ਪਸੰਦ ਆਵੇ ਲਾਈਕ ਔਰ ਸ਼ੇਅਰ ਕਰੀਓ ਕਮੈਂਟ ਵਿੱਚ ਲਾਜ਼ਮੀ ਦੱਸਿਓ ਮੇਰਾ ਅੱਜ ਦਾ ਵਲੋਗ ਕਿਸ ਤਰ੍ਹਾਂ ਲੱਗਾ ਅਤੇ ਮੇਰੇ ਭੈਣ ਬਾਈ ਦੁਆ ਕਰਨ ਅੱਲਾ ਮੇਰੇ ਭੈਣ ਬਾਈ ਨੂੰ ਤੰਦਰੁਸਤੀ ਦੇਵੇ ਸਿਹਤ ਦੇਵੇ ਅਤੇ ਅੱਲਾ ਮੇਰੇ ਮਾਂ ਪਿਓ ਨੂੰ ਦੇਵੇ ਤੰਦਰੁਸਤੀ ਅਤੇ ਮਾਸ਼ਾਅੱਲਾ ਸ਼ਰੀਂ ਮਾਸ਼ਾਅੱਲਾ ਦੇਖੋ ਕਿੱਡਾ ਹੋ ਚੁੱਕਾ ਸਾਡਾ ਵੈਸੇ ਆਉਂਦੇ ਆਉਂਦੀਆਂ ਗਰਮੀਆਂ ਤੱਕ ਨਾ ਸਾਡੀ ਸ਼ਾਮ ਪਾਉਣ ਆਉਣ ਜਾਣੀ ਬਾਹਰ ਬਹਿਣ ਨੂੰ ਉਹ ਦੇਖੋ ਮਾਸ਼ਾਅੱਲਾ ਦੋ ਮੰਜਿਆਂ ਦੀ ਸ਼ਾਮ ਬਣੀ ਪਈ ਉਹ ਦੇਖੋ